ਲੀਡਰ ਨੇ ਨਹੀਂ ਬਚਾਉਣਾ, ਕਿਸੇ ਰਾਜਨੀਤਿਕ ਪਾਰਟੀ ਨੇ ਨਹੀਂ ਬਚਾਉਣਾ। ਪੰਜਾਬ ਨੂੰ ਜੇ ਬਚਾ ਸਕਦੇ ਆ ਤਾਂ ਪੰਜਾਬ ਦੇ ਲੋਕ ਬਚਾ ਸਕਦੇ ਆ, ਬਸ਼ਰਤੇ ਉਹ ਆਪਦੇ ਹੱਕਾਂ ਲਈ ਜਾਗਰੂਕ ਹੋ ਜਾਣ। ਤੁਹਾਨੂੰ ਸੋਚਣਾ ਪਏਗਾ ਕਿ ਤੁਸੀਂ ਖੰਡ ਤੇ, ਚਾਹ ਤੇ, ਸਾਬਣ ਤੇ, ਤੇਲ ਤੇ, ਸ਼ੈਂਪੂ ਤੇ, ਬੱਚੇ ਦਾ ਸਰਟੀਫਿਕੇਟ ਸਾਨੂੰ ਬਣਾਉਣਾ ਪੈਂਦਾ ਜਦੋਂ ਬੱਚਾ ਜੰਮਦਾ। 20 ਪੈਸਿਆਂ ਦਾ ਸਰਟੀਫਿਕੇਟ ਸਰਕਾਰ ਸਾਨੂੰ 20 ਰੁਪਈਆਂ 'ਚ ਵੇਚਦੀ ਹੈ। ਸਰਕਾਰ ਸਾਨੂੰ ਹਰ ਇੱਕ ਚੀਜ਼ ਜਿਹੜੀ ਹੈਗੀ ਆ ਉਹ ਮੁੱਲ ਦਿੰਦੀ ਆ, ਅਸੀਂ ਉਹਦਾ ਮੁੱਲ ਤਾਰਦੇ ਹਾਂ। ਔਰ ਉਸ ਪੈਸੇ ਦੇ ਨਾਲ ਇਹ ਲੋਕ ਲੱਖਾਂ ਰੁਪਈਆ ਤਨਖਾਹਾਂ ਲੈਂਦੇ ਨੇ, ਕਰੋੜਾਂ ਰੁਪਈਆ ਉਹਦੇ 'ਚੋਂ 2 ਦਾ ਖਾਂਦੇ ਨੇ। ਔਰ ਅੱਜ ਸੂਬਾ ਜਿਹੜਾ ਹੈਗਾ ਉਹ ਸਾਡਾ ਇੰਨਾ ਕੁ ਕਰਜਾਈ ਹੋ ਗਿਆ। ਅਖੀਰਲੀ ਗੱਲ ਤੁਹਾਨੂੰ ਦੱਸਦਾ ਕਿ ਅੰਗਰੇਜ਼ਾਂ ਨੇ ਉਹਨਾਂ ਲੁੱਟਿਆ ਸੀ ਜਿੰਨਾ ਤੁਹਾਡੇ ਪਿਓ ਤੇ ਦਾਦੇ ਕੋਲੇ ਸੀ, ਮੁਗਲਾਂ ਨੇ ਉਹਨਾਂ ਲੁੱਟਿਆ ਸੀ ਜਿੰਨਾ ਸਾਡੇ ਵੱਡ ਵਡੇਰਿਆਂ ਦੇ ਕੋਲੇ ਸੀਗਾ। ਪੰਜਾਬੀ ਉਹ ਇਹ ਤਾਂ ਤੁਹਾਡੇ ਸਿਰ ਤੇ 2.5 ਲੱਖ ਕਰੋੜ ਰੁਪਈਏ ਦਾ ਕਰਜ਼ਾ ਲੈ ਕੇ ਵੀ ਖਾ ਗਏ ਆ, ਕਰਜ਼ਾ ਲੈ ਕੇ। ਉਹ ਕਰਜ਼ਾ ਕੈਪਟਨਾਂ ਤੇ ਬਾਦਲਾਂ ਦੇ ਸਿਰ ਨਹੀਂ ਹੈ, ਉਹ ਕਰਜ਼ਾ ਪੰਜਾਬ ਦੇ 3 ਕਰੋੜ ਲੋਕਾਂ ਦੇ ਸਿਰ ਤੇ ਆ। ਅੱਜ ਹਰ ਬੰਦੇ ਦੇ ਸਿਰ ਤੇ 80,000 ਰੁਪਈਆ ਕਰਜ਼ਾ, ਤੁਸੀਂ ਕਦੋਂ ਜਾਗੋਗੇ? ਤੁਹਾਨੂੰ ਕਿਸੇ ਰਾਜਨੀਤਿਕ ਪਾਰਟੀ ਨੇ ਨਹੀਂ ਬਚਾਉਣਾ, ਕਿਸੇ ਲੀਡਰ ਨੇ ਨਹੀਂ ਬਚਾਉਣਾ। ਹਰ ਪਿੰਡ ਦੇ ਵਿੱਚ 5-5, 7-7 ਬੰਦਿਆਂ ਦੀਆਂ ਕਮੇਟੀਆਂ ਬਣਾ ਕੇ ਇਕੱਠੇ ਹੋਵੋ। ਇਕੱਲਾ ਨਸ਼ਾ ਹੀ ਮਸਲਾ ਨਹੀਂ ਹੈ, ਮਸਲੇ ਬਹੁਤ ਹਜ਼ਾਰਾਂ ਨੇ, ਹਰਿਆਣੇ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਦਿੱਲੀ ਦੇ ਵਿੱਚ 2,000 ਤੋਂ 2,500 ਰੁਪਈਆ ਅੰਗਹੀਣ ਬੁਢਾਪਾ ਤੇ ਵਿਧਵਾ ਪੈਨਸ਼ਨ ਦਿੱਤੀ ਜਾਂਦੀ ਹੈ, ਪਰ ਤੁਹਾਨੂੰ 750 ਰੁਪਈਆ ਦੇਣ ਲੱਗਿਆਂ ਵੀ ਇਹਨਾਂ ਦਾ ਢਿੱਡ ਦੁਖਦਾ ਹੈ। ਕਹਿੰਦੇ ਜਿਹਦੇ ਕੋਲ 2.5 ਕਿੱਲੇ ਜ਼ਮੀਨ ਹੈ ਉਹਨੂੰ ਬੁਢਾਪਾ ਪੈਨਸ਼ਨ ਨਹੀਂ ਦੇਣੀ। ਸਾਨੂੰ ਪੁੱਛਣਾ ਚਾਹੀਦਾ ਕਿ ਪ੍ਰਕਾਸ਼ ਸਿੰਘ ਬਾਦਲ ਜੀ ਦੇ ਕੋਲ 1,000 ਕਿੱਲਾ ਹੈ, ਉਹ 5,26,000 ਰੁਪਈਆ ਪੈਨਸ਼ਨ ਕਿਵੇਂ ਲੈ ਰਿਹਾ? ਇੱਕ DC ਜਿਹੜਾ 2.5-3 ਲੱਖ ਰੁਪਈਆ ਤਨਖਾਹ ਲੈਂਦਾ, 1.25-1.5 ਲੱਖ ਰੁਪਈਆ ਮਹੀਨਾ ਪੈਨਸ਼ਨ ਲੈਂਦਾ, ਕੀ ਉਹਦੇ ਕੋਲੇ ਜ਼ਮੀਨ ਦੀ ਕੋਈ ਸ਼ਰਤ ਲਾਈ ਜਾਂਦੀ ਹੈ ਜਦੋਂ ਉਹਨੂੰ ਪੈਨਸ਼ਨ ਦੇਣੀ ਹੁੰਦੀ ਹੋਵੇ? ਇੱਕ ਸਵਾਲ ਤੁਹਾਨੂੰ ਕਰਨਾ ਪਏਗਾ ਕਿ ਕੀ ਸਾਡੇ ਦੇਸ਼ ਦੀ ਸੇਵਾ ਇੱਕ ਜੱਜ ਨੇ, ਇੱਕ ਵਿਧਾਇਕ ਨੇ, ਇੱਕ ਵਜ਼ੀਰ ਨੇ, ਇੱਕ ਮੁੱਖ ਮੰਤਰੀ ਨੇ ਕੀਤੀ ਹੈ? ਜਿਹਨੇ ਸੜਕ ਬਣਾਈ ਹੈ ਉਹਨੇ ਦੇਸ਼ ਦੀ ਸੇਵਾ ਨਹੀਂ ਕੀਤੀ? ਜਿਹਨੇ ਆ ਇਮਾਰਤ ਬਣਾਈ ਹੈ ਉਸ ਮਿਸਤਰੀ ਨੇ ਦੇਸ਼ ਦੀ ਸੇਵਾ ਨਹੀਂ ਕੀਤੀ? ਜਿਸ ਕਿਸਾਨ ਤੇ ਮਜ਼ਦੂਰ ਨੇ ਅਨਾਜ ਪੈਦਾ ਕੀਤਾ, ਅੱਜ ਸਾਰਾ ਹਿੰਦੁਸਤਾਨ ਉਹ ਅਨਾਜ ਖਾ ਰਿਹਾ, ਕੀ ਉਹਨੇ ਦੇਸ਼ ਦੀ ਸੇਵਾ ਨਹੀਂ ਕੀਤੀ? ਕੀ ਇੱਕ ਰੇਹੜੀ ਵਾਲਾ ਤੁਸੀਂ ਘਰਾਂ 'ਚ ਬੈਠੇ ਹੁੰਦੇ ਆ, ਗਲੀ ਗਲੀ ਆ ਕੇ ਸਬਜ਼ੀ ਵੇਚਦਾ, ਉਹਨੇ ਦੇਸ਼ ਦੀ ਸੇਵਾ ਨਹੀਂ ਕੀਤੀ? ਇੱਕ ਟਰੱਕ ਡਰਾਈਵਰ ਨੇ ਸੇਵਾ ਨਹੀਂ ਕੀਤੀ? ਇਹ ਕਾਨੂੰਨ ਹੈ ਕਿ ਜਿਹੜਾ ਬੰਦਾ ਬੁੱਢਾ ਹੋ ਜਾਂਦਾ ਉਹਨੂੰ ਸਰਕਾਰ ਨੇ ਸਾਂਭਣਾ ਹੁੰਦਾ। ਸੋ ਇਹ ਤੁਹਾਨੂੰ ਜਾਗਣਾ ਪਏਗਾ, ਜਿੰਨਾ ਚਿਰ ਤੁਸੀਂ ਜਾਗਦੇ ਨਹੀਂ ਉਹਨਾਂ ਚਿਰ ਤੁਹਾਨੂੰ ਤੁਹਾਡੇ ਹੱਕ ਨਹੀਂ ਮਿਲਣੇ। ਸੋ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ, ਮੈਂ ਤੁਹਾਡੇ 'ਚ ਪੂਰਾ ਦਿਨ ਸ਼ਾਮਿਲ ਹੋਣਾ ਸੀ, ਪਰ ਸਰਕਾਰ ਨੇ ਇੱਕ ਡਿਊਟੀ ਲਾਈ ਹੈ ਕਿ ਜਿਹੜੇ ਨੇਤਰਹੀਣ ਲੋਕ ਨੇ ਉਹਨਾਂ ਲਈ ਅਸੀਂ ਵੋਟਾਂ ਦੀ ਛਪਾਈ ਕਰਨੀ ਹੈ, ਤਾਂ ਮੈਂ ਆਪਣੇ ਦਫ਼ਤਰ ਵੀ ਜਾਣਾ, ਅੱਧੇ ਦਿਨ ਦੀ ਛੁੱਟੀ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਇਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।